ਫਤਿਹ ਕੁਰਬਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਜਿਤਨਾ ਵੀ ਵਿਕਾਸ ਹੋਇਆ ਮਨੁੱਖ ਦੇ ਰਾਹੀਂ ਹੋਇਆ, ਐਸਾ ਧਾਰਮਿਕ ਵਿਗਿਆਨ ਕਹਿੰਦਾ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਕੋਲ ਵਿਕਸਿਤ ਮਨ ਹੈ, ਤਨ ਨਹੀਂ ਹੈ। ਸਿਰਫ ਮਨੁੱਖ ਹੀ ਹੈ ਜਿਸ ਕੋਲ ਤਨ ਵੀ ਹੈ, ਮਨ ਵੀ ਹੈ। ਮੈਂ ਫਿਰ ਦੁਹਰਾਵਾਂ, ਪਸ਼ੂ ਕੋਲ ਭਾਰੀ ਭਰਖਮ ਸਵਸਥ ਔਰ ਬੜਾ ਸ਼ਕਤੀਸ਼ਾਲੀ ਤਨ ਤੇ ਹੈ, ਵਿਕਸਿਤ ਮਨ ਨਹੀਂ ਹੈ। ਬਹੁਤ ਥੋੜਾ ਜਿਹਾ ਭਾਗ ਉਸਦੇ ਮਨ ਦਾ ਜਾਗਿਆ ਹੋਇਆ, ਬਸ ਭੁੱਖ ਮਹਿਸੂਸ ਆਉਂਦੀ ਹੈ, ਪਿਆਸ ਮਹਿਸੂਸ ਆਉਂਦੀ ਹੈ। ਸ਼ਕਤੀ ਅਗਰ ਅਧਿਕ ਹੋ ਜਾਏ ਤੇ ਨਿਕਾਸ ਕਰਨ ਦਾ ਉਸਦੇ ਅੰਦਰ ਬੋਧ ਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਕੁਝ ਜਗਤ ਵਿੱਚ ਹੋ ਸਕਦਾ ਹੈ, ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਤਨ ਤੇ ਹੈ, ਮਨ ਨਹੀਂ ਹੈ। ਇਸ ਵਾਸਤੇ ਪਸ਼ੂਆਂ ਦੀ ਦੁਨੀਆਂ 'ਚ ਕੋਈ ਵਿਕਾਸ ਨਹੀਂ। ਹਜ਼ਾਰਾਂ ਸਾਲ ਪਹਿਲੇ ਜੇ ਆਲਣਿਆਂ 'ਚ ਰਹਿੰਦੇ ਸਨ ਪੰਛੀ, ਤੇ ਅੱਜ ਵੀ ਉੱਥੇ ਹੀ ਨੇ। ਹਜ਼ਾਰਾਂ ਸਾਲ ਪਹਿਲੇ ਜੇ ਪਸ਼ੂ ਜੰਗਲਾਂ ਵਿੱਚ ਘਾਸ ਪਾਤ ਖਾ ਕੇ ਜਾਂ ਸ਼ਿਕਾਰ ਕਰਕੇ ਕੱਚਾ ਮਾਸ ਖਾ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ, ਅੱਜ ਵੀ ਚਲਾ ਰਹੇ, ਅੱਜ ਵੀ ਉਹ ਹੀ ਕੁਛ। ਹਜ਼ਾਰਾਂ ਸਾਲ ਪਹਿਲੇ ਵੀ ਘੁਰਨਿਆਂ ਚ ਰਹਿੰਦੇ ਸਨ, ਅੱਜ ਵੀ ਘੁਰਨਿਆਂ ਚ ਰਹਿੰਦੇ। ਹਜ਼ਾਰਾਂ ਸਾਲ ਪਹਿਲੇ ਵੀ ਖੁੱਡਾਂ ਚ ਰਹਿੰਦੇ ਸਨ, ਅੱਜ ਵੀ ਖੁੱਡਾਂ ਚ ਰਹਿੰਦੇ। ਕੋਈ ਉੱਨਤੀ ਨਹੀਂ ਹੋਈ, ਉਹਨਾਂ ਦੇ ਰਾਹੀਂ ਕੋਈ ਵਿਕਾਸ ਨਹੀਂ ਹੋਇਆ। ਜੇ ਹਜ਼ਾਰਾਂ ਸਾਲ ਪਹਿਲੇ ਗਊ ਘਾਸ ਖਾਂਦੀ ਸੀ, ਅੱਜ ਵੀ ਘਾਸ ਖਾਂਦੀ। ਜੇ ਹਜ਼ਾਰਾਂ ਸਾਲ ਪਹਿਲੇ ਸ਼ੇਰ ਕੱਚਾ ਮਾਸ ਖਾਂਦਾ ਸੀ, ਅੱਜ ਵੀ ਕੱਚਾ ਹੀ ਖਾਂਦਾ। ਖੁਰਾਕ ਦੀ ਦੁਨੀਆ 'ਚ ਵੀ ਉੱਨਤੀ ਨਹੀਂ ਹੋਈ, ਕਿਉਂ? ਤਨ ਹੈ, ਮਨ ਨਹੀਂ ਹੈ। ਵਿਕਾਸ ਸਾਰਾ ਮਨ ਦੇ ਰਾਹੀਂ ਆਉਂਦਾ ਹੈ, ਮਨ ਦੇ ਰਾਹੀਂ ਆਉਂਦਾ। ਦੇਵਤੇ ਕੋਲ ਬੜਾ ਪ੍ਰਬਲ ਮਨ ਹੈ, ਗਿਆਨ ਨਾਲ ਭਰਿਆ ਹੋਇਆ, ਵਿਚਾਰ ਨਾਲ ਭਰਿਆ ਹੋਇਆ, ਰਸ ਨਾਲ ਭਰਿਆ ਹੋਇਆ, ਆਨੰਦ ਨਾਲ ਭਰਿਆ। ਪਰ ਉਸ ਕੋਲ ਤਨ ਨਹੀਂ ਹੈ। ਕਿਸੇ ਕਿਤਾਬ ਜੀ ਦੇ ਸਾਹਮਣੇ ਖੋਲਾਂਗਾ, ਐਸੀਆਂ ਰੂਹਾਂ ਨੇ ਜਿਨ੍ਹਾਂ ਕੋਲ ਤਨ ਨਹੀਂ ਹੈ। ਉਹਨਾਂ ਰੂਹਾਂ ਵਿੱਚ ਜਿਹੜੀਆਂ ਨੇਕ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ, ਜਿਹੜੀਆਂ ਬਦ ਨੇ ਉਹਨਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਕਹੂੰ ਜਸ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ। हे प्रभु, तेरी प्रेतां दी दुनिया भी है, भूतां दी दुनिया भी है, पिसाचां दी दुनिया भी है। कई कोट भूत प्रेत सो कर मिर्गाज। जे अज जमीन दे उत्ते एक नवी
ਗਣਨਾ ਦੇ ਮੁਤਾਬਕ ਕੋਈ 6 ਅਰਬ ਦੇ ਕਰੀਬ ਮਨੁੱਖ ਹੋ ਚੁੱਕੇ ਨੇ ਸਾਰੀ ਜ਼ਮੀਨ ਵਿੱਚ। ਹਵਾ ਵਿੱਚ, ਵਾਯੂਮੰਡਲ ਵਿੱਚ ਅਰਬਾਂ ਖਰਬਾਂ ਸੂਖਸ਼ਮ ਰੂਹਾਂ ਨੇ, ਬਸਤੀਆਂ ਨੇ। ਜਿਵੇਂ ਇਹਨਾਂ 6 ਅਰਬ ਮਨੁੱਖਾਂ ਵਿੱਚ ਕੁਝ ਚੰਗੇ ਨੇ, ਕੁਝ ਮਾੜੇ ਨੇ, ਉਹਨਾਂ ਰੂਹਾਂ ਵਿੱਚ ਵੀ ਕੁਝ ਚੰਗੀਆਂ ਨੇ, ਕੁਝ ਮਾੜੇ ਨੇ। ਜੋ ਚੰਗੀਆਂ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ, ਜੋ ਬੁਰੀਆਂ ਨੇ ਉਹਨਾਂ ਨੂੰ ਭੂਤ ਪ੍ਰੇਤ ਕਹਿੰਦੇ। ਜੋ ਚੰਗੀਆਂ ਨੇ ਉਹਨਾਂ ਦਾ ਵਾਸਤਾ ਵੀ ਚੰਗੀ ਥਾਂ ਤੇ ਹੁੰਦਾ, ਕਿਧਰੇ ਸਤਸੰਗ ਵਿੱਚ ਆਉਂਦਾ। ਹਿੰਦੂ ਤੇ ਐਸਾ ਕਹਿਣ, ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂੰਮਾਨ ਦੀ ਰੂਹ ਹੁੰਦੀ ਹੈ, ਇੰਜ ਕਹਿੰਦੇ। ਸਤਸੰਗੀ ਆਤਮਦਰਸੀ ਮੰਨਦੇ ਨੇ ਚੰਗੀਆਂ ਰੂਹਾਂ ਦਾ ਵਾਸਤਾ ਸਤਸੰਗ ਵਿੱਚ ਹੁੰਦਾ, ਭੂਤ ਪ੍ਰੇਤਾਂ ਦਾ ਵਾਸਤਾ ਮਾੜੀ ਥਾਂ ਤੇ ਆਉਂਦਾ। ਕਿੱਦਾਂ ਜਿਹੜਾ ਲੰਬਾ ਚੌੜਾ ਖੁਲਾਸਾ ਕਿਸੇ ਵਕਤ ਫਿਰ ਆਪ ਜੀ ਦੇ ਸਾਹਮਣੇ ਰੱਖਾਂਗਾ, ਪਰ ਹੈਗੀਆਂ ਇਹ ਸਾਰਾ ਬ੍ਰਹਿਮੰਡ ਭਰਿਆ ਗਿਆ। ਦੇਵਤਾ ਜਿਹਦਾ ਦੀਵਾ ਜਲਿਆ ਹੋਇਆ, ਸਮਝ ਹੈ, ਗਿਆਨ ਹੈ, ਦੇਵਤੇ ਕੋਲ ਮਨ ਹੈ, ਤਨ ਨਹੀਂ ਹੈ। ਪਸ਼ੂ ਕੋਲ ਬੜਾ ਵਿਕਸਿਤ ਭਾਰੀ ਭਰਕਮ ਤਨ ਹੈ, ਸਾਡੇ ਨਾਲ ਵੱਡਾ ਤਨ ਹੈ ਆਤੀ ਕੋਲ, ਬੜਾ ਸ਼ਕਤੀਸ਼ਾਲੀ ਤਨ ਹੈ ਘੋੜੇ ਕੋਲ, ਜਿਤਨਾ ਤੇਜ਼ ਹਿਰਨ ਦੌੜ ਸਕਦਾ ਸੀ ਨਹੀਂ ਦੌੜ ਸਕਦੇ। ਬੜੇ ਵਿਕਸਿਤ ਤਨ ਨੇ ਪਸ਼ੂਆਂ ਕੋਲ, ਪਰ ਮਨ ਨਹੀਂ ਹੈ। ਇਸ ਵਾਸਤੇ ਪਸ਼ੂ ਰੁਕਿਆ ਹੋਇਆ ਹੈ ਔਰ ਪਸ਼ੂ ਸੁੱਖ ਦੇ ਵਿੱਚ ਜੀ ਰਿਹਾ ਹੈ। ਦੇਵਤਾ ਅਧਿਆਤਮਕ ਰਸ ਤੱਕ ਪਹੁੰਚਿਆ ਹੋਇਆ ਹੈ, ਆਨੰਦ ਤੱਕ ਪਹੁੰਚਿਆ ਹੋਇਆ ਹੈ। ਮੁਕਤ ਹੋਣ ਵਾਸਤੇ ਉਸਨੂੰ ਹੋਰ ਜਨਮ ਚਾਹੀਦਾ, ਪਰ ਅਧਿਆਤਮਕ ਰਸ ਤੱਕ, ਆਨੰਦ ਤੱਕ ਪਹੁੰਚਿਆ ਹੋਇਆ ਹੈ। ਪਸ਼ੂ ਰੁਕਿਆ ਹੋਇਆ ਹੈ, ਬ੍ਰਹਮ ਗਿਆਨੀ ਸੰਤ ਦੇਵਤਾ ਪਹੁੰਚਿਆ ਹੋਇਆ ਹੈ, ਮਨੁੱਖ ਰਸਤੇ ਵਿੱਚ ਹੈ। ਪੀੜਾ ਸਾਰੀ ਮਨੁੱਖ ਨੂੰ ਹੈ, ਦੁੱਖ ਸਾਰਾ ਮਨੁੱਖ ਨੂੰ ਹੈ, ਵਿਪਤਾ ਸਾਰੀ ਮਨੁੱਖ ਨੂੰ ਹੈ। ਰਸਤੇ ਜੋ ਹੈ, ਰਸਤੇ ਦੇ ਉਤਾਰ ਚੜ੍ਹਾਅ ਨੇ, ਰਸਤੇ ਦੀ ਦੌੜ ਹੈ, ਰਸਤੇ ਦੀ ਥਕਾਵਟ ਹੈ, ਰਸਤੇ ਦੀ ਉਤਾਹਟ ਹੈ, ਰਸਤਾ ਅਗਰ ਰਸਤਾ ਹੈ। ਪਸ਼ੂ ਚੱਲ ਹੀ ਨਹੀਂ ਰਿਹਾ, ਰੁਕਿਆ ਹੋਇਆ ਹੈ। ਇੱਕ ਬ੍ਰਹਮਗਿਆਨੀ ਸੰਤ ਪਹੁੰਚਿਆ ਹੋਇਆ, ਪਹੁੰਚ ਗਿਆ, ਮਨੁੱਖ ਰਸਤੇ 'ਚ ਹੈ। ਨਾ ਪਸ਼ੂ ਦੁਖੀ ਨੇ, ਨਾ ਸੰਤ ਤੇ ਦੇਵਤੇ ਦੁਖੀ ਨੇ, ਦੁਖੀ ਸਿਰਫ ਮਨੁੱਖ ਹੈ। ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ, ਜਿਤਨਾ ਮੂਰਖ ਹੈ ਉਤਨਾ ਘੱਟ ਦੁਖੀ ਹੈ, ਕਿਉਂਕਿ ਪਸ਼ੂ ਅਚੇਤ ਨੇ ਤਾਂ ਦੁੱਖ ਮਹਿਸੂਸ ਹੀ ਨਹੀਂ ਕਰਦੇ, ਅਚੇਤ ਸੁਣ ਹੈ। ਜਿਸ ਡਾਕਟਰ ਨੇ ਕਿਸੇ ਦਾ ਓਪਰੇਸ਼ਨ ਕਰਨਾ ਹੁੰਦਾ ਉਸਨੂੰ ਅਚੇਤ ਕਰ ਦਿੰਦਾ, ਸੁਣ ਕਰ ਦਿੰਦਾ। ਹੁਣ ਤੇ ਨਿੱਕੀ ਜਿਹੀ ਸੁਣ ਲੱਗੇ ਤੇ ਮਨੁੱਖ ਤੜਪੇਗਾ, ਪਰ ਬੜੇ ਬੜੇ ਚਾਕੂ ਚੱਲਦੇ ਨੇ, ਚੀਰੀਆਂ ਫਾੜਿਆ ਜਾ ਰਿਹਾ, ਕੁਛ ਵੀ ਨਹੀਂ।
ਦੁੱਖ ਮਹਿਸੂਸ ਕਰਨ ਵਾਸਤੇ ਜਾਗਰਤੀ ਚਾਹੀਦੀ ਹੈ। ਮਨੁੱਖ ਥੋੜਾ ਜਿਹਾ ਜਾਗਿਆ ਹੋਇਆ ਦੁੱਖ ਮਹਿਸੂਸ ਕਰਦਾ ਹੈ, ਔਰ ਜਿਹੜਾ ਮਨੁੱਖ ਜਿਤਨਾ ਜ਼ਿਆਦਾ ਜਾਗਿਆ ਹੋਇਆ ਬੇਇੱਜ਼ਤੀ ਦਾ ਦੁੱਖ, ਨੁਕਸਾਨ ਦਾ ਦੁੱਖ, ਪਰਿਵਾਰਕ ਦੁੱਖ, ਸਰੀਰਕ ਦੁੱਖ ਉਤਨਾ ਹੀ ਜ਼ਿਆਦਾ ਮਹਿਸੂਸ ਕਰੇਗਾ। ਜਿਤਨਾ ਕੁਬੜ ਹੈ, ਮੂੜ ਹੈ, ਪਸ਼ੂ ਦੀ ਤਰ੍ਹਾਂ, ਨਾ ਬੇਇੱਜ਼ਤੀ ਦਾ ਦੁੱਖ, ਨਾ ਸ਼ਰਮੋ ਹਾਇਆ, ਨਾ ਨੁਕਸਾਨ ਦਾ ਦੁੱਖ, ਕੁਛ ਵੀ ਕੁਛ ਵੀ। ਪਸ਼ੂਆਂ ਦੇ ਵਿੱਚੋਂ ਵੀ ਕੁਛ ਪਸ਼ੂ ਐਸੇ ਨੇ ਦੁੱਖ ਸੁੱਖ ਮਹਿਸੂਸ ਕਰਦੇ ਨੇ ਜਾਂ ਕਰ ਸਕਦੇ ਨੇ। ਐਸੇ ਪਸ਼ੂਆਂ ਵਿੱਚ ਹਾਥੀ ਹੈ, ਗਊ ਹੈ, ਮੋਰ ਹੈ, ਹੰਸ ਹੈ, ਘੋੜਾ ਹੈ, ਕੁਛ ਹੋਰ ਦੁੱਖ ਸੁੱਖ ਮਹਿਸੂਸ ਕਰਦੇ ਔਰ ਗੱਲ ਨੂੰ ਮਹਿਸੂਸ ਕਰਦੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਘੋੜੇ ਸਿਆਣੇ ਹੁੰਦੇ, ਸਾਰੇ ਤੇ ਮਨੁੱਖ ਵੀ ਸਿਆਣੇ ਨਹੀਂ ਹੁੰਦੇ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਸਾਰੇ ਹਾਥੀ ਸੋਚਦੇ ਨੇ, ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ। ਕੁਛ ਔਸਤ 1% 2% ਹਾਥੀਆਂ ਵਿੱਚ ਹਾਥੀ ਬਹੁਤ ਸਿਆਣੇ ਹੁੰਦੇ, 1-2% ਘੋੜਿਆਂ ਵਿੱਚ ਘੋੜੇ ਬਹੁਤ ਸਿਆਣੇ ਆਉਂਦੇ, 1-2% ਗਊਆਂ ਵਿੱਚ ਗਊਆਂ ਬਹੁਤ ਸਿਆਣੇ ਆਉਂਦੇ, ਹੰਸ ਬਹੁਤ ਸਿਆਣੇ ਆਉਂਦੇ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ। ਔਰ ਇਹਨਾਂ ਦੇ ਅੰਦਰ ਧਾਰਮਿਕ ਭਾਵਨਾਵਾਂ ਵੀ ਪੈਦਾ ਹੋ ਸਕਦੀਆਂ ਕਿਉਂਕਿ ਮਹਿਸੂਸ ਕਰਨ ਲੱਗ ਪਏ। 1-2 ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀ ਧਰਤੀ ਵਿੱਚ ਸਫ਼ਰ ਕਰ ਰਹੇ ਨੇ, ਘੋੜੇ ਤੇ ਸਵਾਰ ਨੇ, ਨਾਲ 20-25 ਸਿੰਘ ਨੇ, ਉਹ ਵੀ ਘੋੜਿਆਂ ਤੇ। ਅਚਾਨਕ ਸਤਿਗੁਰ ਦਾ ਘੋੜਾ ਰੁਕ ਗਿਆ, ਸਤਿਗੁਰ ਲਗਾਮ ਖਿੱਚਦੇ ਨਹੀਂ ਚੱਲਦਾ। ਐਸਾ ਪਹਿਲੀ ਦਫ਼ਾ ਹੋਇਆ ਕਿ ਘੋੜਾ ਆ ਗਿਆ ਨਹੀਂ ਮੰਨ ਰਿਹਾ, ਸਤਿਗੁਰ ਇਸ਼ਾਰਾ ਕਰਦੇ ਫਿਰ ਵੀ ਨਹੀਂ ਚੱਲਦਾ। ਮਾਰਿਆ ਸਤਿਗੁਰ ਨੇ ਕਦੀ ਹੈ ਨਹੀਂ ਸੀ, ਲੋੜ ਵੀ ਨਹੀਂ ਸੀ, ਇਸ਼ਾਰਿਆਂ ਨਾਲ ਚੜ੍ਹਨ ਵਾਲਾ ਅੱਜ ਨਹੀਂ ਚੱਲਦਾ, ਲਗਾਮ ਖਿੱਚਦੇ ਨੇ ਨਹੀਂ ਚੱਲਦਾ। ਮਹਾਰਾਜ ਕਾਠੀ ਤੋਂ ਥੱਲੇ ਉਤਰੇ ਵੀ ਸ਼ਾਇਦ ਕੋਈ ਪੈਰ ਵਿੱਚ ਲੱਗ ਨਾ ਗਿਆ ਹੋਵੇ, ਕੋਈ ਜ਼ਖਮ ਨਾ ਹੋਵੇ, ਪਰ ਥੱਲੇ ਉਤਰਦਿਆਂ ਸਾਰ ਪ੍ਰਾਥੀ ਮਾਰ ਕੇ ਇਕਦਮ ਕਾਠੀ ਤੇ ਬੈਠ ਗਿਆ, ਔਰ ਜਿਉਂ ਘੋੜੇ ਨੂੰ ਮੋੜਿਆ ਤੇ ਮੁੜ ਪਿਆ, ਜਿਉਂ ਚਲਾਇਆ ਤੇ ਚੱਲ ਪਿਆ। ਸਿੰਘ ਪੁੱਜਦੇ ਨੇ, ਮਹਾਰਾਜ ਇੱਕੋ ਹੀ ਤੇ ਪੈਲੀ ਹੈ ਜਿਹੜਾ ਆਪਾਂ ਲੰਘ ਕੇ ਪਹੁੰਚਣਾ, ਉਹ ਸਾਹਮਣੇ ਹਵੇਲੀ ਹੈ, ਇੱਕੋ ਹੀ ਪੈਲੀ, ਇਹ ਲੰਬਾ ਵੱਲਾ ਬਹੁਤ ਦੂਰ ਪੈ ਜਾਏਗਾ ਤੇ ਸਾਰਾ ਵੱਲਾ ਪਾ ਕੇ ਜਾਣਾ ਪਏਗਾ, ਇਹ ਦੀਵਾਰ ਬਹੁਤ ਲੰਬੀ ਹੋ ਜਾਏਗੀ। ਸਤਿਗੁਰ ਕਹਿਣ ਲੱਗੇ, ਇਸ ਲੰਬੀ ਵਾਟ ਨੂੰ ਤੈਅ ਕਰਕੇ ਹੀ ਹਵੇਲੀ ਤੱਕ ਪਹੁੰਚਾਂਗਾ, ਸਾਡਾ ਘੋੜਾ ਇਸ ਪੈਲੀ ਚੋਂ ਨਹੀਂ ਲੰਘਦਾ। ਕਿਉਂ? 2 ਸਾਲ ਪਹਿਲੇ ਇਹਦੇ ਤਮਾਕੂ ਬੀਜਿਆ ਗਿਆ ਸੀ, ਇਸ ਵਾਸਤੇ ਨਹੀਂ ਲੰਘਦਾ। ਕਿਤਨੀ ਸੂਝ ਘੋੜੇ ਨੂੰ ਹੋਈ ਹੈ, ਕਵੀ ਸੰਤੋਖ ਸਿੰਘ ਜੀ ਨੇ ਸਾਰੀ ਕਥਾ ਲਿਖੀ ਹੈ ਗੁਰਪ੍ਰਤਾਪ ਸੂਰਜ ਦੇ। ਇਤਨੀ ਸਮਝ ਘੋੜੇ ਨੂੰ ਵੀ ਹੈ, ਮਨੁੱਖ ਤੇ ਮੂੰਹ ਤੇ ਹੁਣ ਸਮਝ ਆ ਗਈ ਹੈ ਇਹਨਾਂ 10-20 ਸਾਲਾਂ ਵਿੱਚ ਕਿ ਤਮਾਕੂ ਕਿਤਨਾ ਹਾਨੀਕਾਰਕ ਹੈ,
ਔਰ ਮਨੁੱਖ ਲਈ ਕਿਤਨਾ ਨੁਕਸਾਨਦਾਰ ਹੈ। ਕੈਂਸਰ ਦਾ ਹਰ ਤਰ੍ਹਾਂ ਦੇ ਫੇਫੜਿਆਂ ਦੇ ਕੈਂਸਰ ਦਾ, ਗਲੇ ਦੇ ਕੈਂਸਰ ਦਾ ਜਨਮਦਾਤਾ ਹੈ। ਇਹ ਅੱਜ ਸਮਝ ਪਈ। 325 ਸਾਲ ਪਹਿਲੇ, 350 ਸਾਲ ਪਹਿਲੇ ਸਤਿਗੁਰੂ ਸਾਨੂੰ ਰੋਕ ਦੇਣਾ। ਘੋੜੇ ਨੂੰ ਸਮਝ, ਘੋੜਿਆਂ ਵਿੱਚੋਂ ਵੀ ਕੁਛ ਘੋੜੇ ਐਸੇ ਆਉਂਦੇ ਨੇ ਸਿਆਣੇ ਹੁੰਦੇ ਨੇ। ਫਿਰ ਅਰਜ਼ ਕਰਾਂ, ਮੈਂ ਇਹ ਨਹੀਂ ਕਹਿ ਰਿਹਾ ਸਾਰੇ ਘੋੜੇ ਸਿਆਣੇ ਹੁੰਦੇ ਨੇ, ਸਾਰੇ ਮਨੁੱਖ ਵੀ ਸਿਆਣੇ ਨਹੀਂ ਹੁੰਦੇ। ਮੈਂ ਇਹ ਕਹਿ ਰਿਹਾ ਪਸ਼ੂਆਂ ਵਿੱਚੋਂ ਵੀ ਕੁਝ ਪਸ਼ੂ ਐਸੇ ਨੇ, ਪਸ਼ੂ ਨਹੀਂ ਨੇ ਮਨੁੱਖ ਨੇ, ਤੇ ਮਨੁੱਖਾਂ ਵਿੱਚੋਂ ਵੀ ਬਹੁਤੇ ਮਨੁੱਖ ਐਸੇ ਨੇ, ਮਨੁੱਖ ਨਹੀਂ ਨੇ ਪਸ਼ੂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਚਾਰ ਪੈਰਾਂ ਵਾਲੇ ਪਸ਼ੂਆਂ ਵਿੱਚ ਵੀ ਕੋਈ ਮਨੁੱਖ ਨੇ, ਮਨ ਕੰਮ ਕਰਦਾ। ਦੋ ਪੈਰਾਂ ਵਾਲੇ ਮਨੁੱਖਾਂ ਵਿੱਚ ਵੀ ਬਹੁਤ ਸਾਰੇ ਪਸ਼ੂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਸ਼ੂਆਂ ਵਿੱਚੋਂ ਕੋਈ ਮਨੁੱਖ ਹੋਵਣ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ। ਮਨੁੱਖਾਂ ਵਿੱਚ ਪਸ਼ੂ ਹੋਣ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਇਸ ਵਾਸਤੇ ਕਦੀ ਅਸੀਂ ਕਿਸੇ ਘੋੜੇ ਨੂੰ ਨਹੀਂ ਕਹਿੰਦੇ ਤੂੰ ਘੋੜਾ ਬਣ ਜਾ, ਗਊ ਨੂੰ ਨਹੀਂ ਕਹਿੰਦੇ ਤੂੰ ਗਊ ਬਣ ਜਾ, ਹੈ ਹੀ ਗਊ, ਅੰਦਰੋਂ ਬਾਹਰੋਂ ਗਊ। ਕਦੀ ਕਿਸੇ ਖੋਤੇ ਨੂੰ ਨਹੀਂ ਕਹਿੰਦੇ ਖੋਤਾ ਤੂੰ ਖੋਤਾ ਬਣ ਜਾ, ਮਨੁੱਖ ਨੂੰ ਵੀ ਬਾਰ ਬਾਰ ਕਹਿਣਾ ਪੈਂਦਾ ਬੰਦੇ ਤੂੰ ਬੰਦਾ ਬਣ ਜਾ, ਮਨੁੱਖ ਤੋਂ ਮਨੁੱਖ ਬਣ ਜਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸ, ਮਨੁੱਖ ਲਈ ਸ਼ਬਦ ਉਹਨਾਂ ਕੋਲ ਇਨਸਾਨ ਹੈ। ਅਰਬੀ, ਫਾਰਸੀ, ਪਸ਼ਤੋ, ਉਰਦੂ ਵਿੱਚ ਇਨਸਾਨ ਕਹਿੰਦੇ, ਪਸ਼ੂ ਨੂੰ ਹੈਵਾਨ ਕਹਿੰਦੇ, ਦੇਵਤੇ ਨੂੰ ਫਰਿਸ਼ਤਾ ਕਹਿੰਦੇ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸ, ਲਾਜ਼ਮੀ ਹੈ ਮਨੁੱਖ ਦੇ ਅੰਦਰ ਮਨੁੱਖਤਾ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸ, ਉਦਗਰ ਦੋਨਾ ਬਾਸ਼ਦ ਹੈਜ਼ਮ ਅਸ। ਅਗਰ ਚੰਦਨ ਵਿੱਚ ਖੁਸ਼ਬੂ ਹੀ ਨਹੀਂ ਹੈ ਤੇ ਉਹਨੂੰ ਚੰਦਨ ਕਹਿਣ ਦੀ ਲੋੜ ਕੀ ਹੈ? ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੀ ਨਹੀਂ ਹੈ ਤੇ ਉਹਨੂੰ ਮਨੁੱਖ ਕਹਿਣ ਦੀ ਲੋੜ ਕੀ ਹੈ? ਪਸ਼ੂ ਆਖੋ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕੁਛ ਘੋੜੇ ਐਸੇ ਨੇ ਜਿਨ੍ਹਾਂ ਦਾ ਮਨ ਕੰਮ ਕਰਦਾ ਹੈ। ਇੱਕ ਹਾਥੀ ਜੋ ਮਹਾਤਮਾ ਬੁੱਧ ਦੇ ਕਾਲ ਦੇ ਹੋਇਆ, ਮਹਾਤਮਾ ਬੁੱਧ ਦੇ ਸਮੇਂ ਜਦੋਂ ਜੰਗਲ ਵਿੱਚ ਤਪੱਸਿਆ ਕਰਦੇ ਸਨ, ਸਾਧਨਾ ਕਰਦੇ ਸਨ, ਇਹ ਹਾਥੀ ਕਰਮੰਡਲ ਚੁੱਕ ਕੇ ਮਹਾਤਮਾ ਬੁੱਧ ਦੇ ਕੋਲ ਜੋ ਪਿਆ ਆਉਂਦਾ ਸੀ, ਨਿਰੰਜਨਾ ਨਦੀ ਤੋਂ ਪਾਣੀ ਭਰ ਲਿਆਉਂਦਾ ਸੀ, ਸੁੰਡ ਦੇ ਨਾਲ ਅੱਗੋਂ ਰੱਖ ਦਿੰਦਾ ਸੀ। ਬਿਹਾਰ ਵਿੱਚ ਅੰਬ ਬੜਾ ਆਉਂਦਾ, ਹੋਰ ਦਰਖਤਾਂ ਨੂੰ ਫਲ ਲੱਗਦੇ ਨੇ। ਇਹ ਉੱਚੇ ਉੱਚੇ ਦਰਖਤਾਂ ਤੋਂ ਸੁੰਡ ਨਾਲ ਫਲ ਤੋੜ ਕੇ ਮਹਾਤਮਾ ਬੁੱਧ ਦੇ ਅੱਗੋਂ ਰੱਖਦਾ ਹੁੰਦਾ ਸੀ। ਰਾਤ ਜਦ ਧਿਆਨ ਸਾਧਨਾ ਵਿੱਚ ਮਹਾਤਮਾ ਬੁੱਧ ਬੈਠ ਰਹੇ ਸਨ, ਚਾਰੋਂ ਪਾਸੇ ਪਹਿਰਾ ਦਿੰਦਾ ਸੀ ਕੋਈ ਜੰਗਲੀ ਜਾਨਵਰ ਹਮਲਾ ਨਾ ਕਰੇ। ਜਿਸ ਦਿਨ
ਮਾਸਮਾ ਬੁੱਧ ਉਸ ਜੰਗਲ ਨੂੰ ਛੋੜ ਕੇ ਜਾਣ ਲੱਗੇ ਨੇ। ਇਸ ਹਾਥੀ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ, ਚੀਖਿਆ ਬੜਾ। ਉਹਨੂੰ ਇਤਨੀ ਸਮਝ ਸੀ ਮਨੁੱਖਾਂ ਦੀ ਦੁਨੀਆ ਚ ਮੈਂ ਨਹੀਂ ਰਹਿ ਸਕਦਾ, ਤੇ ਜੰਗਲ ਦੇ ਹੁਣ ਸੰਤ ਰਹਿੰਦਾ ਨਹੀਂ, ਜਾ ਰਿਹਾ ਜਾ ਰਿਹਾ। ਤੜਪ ਤੜਪ ਕੇ ਉਸਨੇ ਆਪਣੇ ਪ੍ਰਾਣ ਦਿੱਤੇ। ਇੱਕ ਹਾਥੀ ਦੀ ਕਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਰ ਦੂਜੇ ਤੀਜੇ ਸ਼ਬਦ ਵਿੱਚ ਦੁਹਰਾਉਂਦੇ ਨੇ, ਰਿਪੀਟ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਚ ਮਿਲੇਗਾ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੋਟਾ ਮਹਿਮਾ ਨਾਮ ਕਹਾਂ ਲਓ ਵਰਨ ਰਾਮ ਕਹਿਤ ਬੰਧਨ ਤੇ ਟੂਟ। ਗੁਰੂ ਤੇਗ ਬਹਾਦਰ, ਮੈਂ ਨਾਮ ਦੀ ਮਹਿਮਾ ਕੀ ਬਿਆਨ ਕਰਾਂ, ਰਾਮ ਦੀ ਆਰਾਧਨਾ ਕਰਕੇ ਹਾਥੀ ਮੁਕਤ ਹੋ ਗਿਆ। ਗਜ ਹਾਥੀ ਨੂੰ ਕਹਿੰਦੇ ਨੇ। ਜਬ ਹੀ ਸਰਨ ਗਹੀ ਕਿਰਪਾ ਨਿਧ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਦੁਖਤ ਗਜਿੰਦ ਅਰਬਿੰਦ ਗਏ ਬੇਟ ਰਾਖੇ ਤਾਂ ਕੇ ਕਾ ਜੇ ਚੱਕਰ ਪ੍ਰਾਣ ਆਣ ਬਰਸੇ ਗ੍ਰਾਹ ਜੀ। ਭਾਈ ਸਾਹਿਬ, ਭਾਈ ਗੁਰਦਾਸ, ਹਾਥੀਆਂ ਦੇ ਵਿੱਚ ਵੀ ਕੁਝ ਹਾਥੀ ਨੇ ਜਿਨ੍ਹਾਂ ਦਾ ਮਨ ਕੰਮ ਕਰਦਾ, ਗਊਆਂ ਵਿੱਚ ਕੁਝ ਗਊਆਂ ਨੇ ਜਿਨ੍ਹਾਂ ਦਾ ਮਨ ਕੰਮ ਕਰਦਾ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦਾ। ਇਸ ਵਾਸਤੇ ਭਾਰਤ ਦੇ ਆਦਿ ਕਾਲ ਤੋਂ ਧਾਰਮਿਕ ਜਗਤ ਵਿੱਚ ਇਹਨਾਂ ਪਸ਼ੂਆਂ ਨੂੰ ਮਾਰਨਾ ਇੰਜ ਕਹਿ ਦਿੱਤਾ ਗਿਆ ਜਿਵੇਂ ਮਨੁੱਖ ਨੂੰ ਮਾਰਨਾ। ਕੀ ਪਤਾ ਕਿਹੜੀ ਸੈਣੀ ਗਊ ਹੈ, ਕੀ ਪਤਾ ਮਨੁੱਖ ਕਿਸ ਤਰ੍ਹਾਂ ਨਿਰਣਾ ਕਰੇਗਾ ਕਿਹੜਾ ਸੈਣਾ ਹਾਥੀ। ਇਸ ਵਾਸਤੇ ਇਸ ਨੂੰ ਕਤਲ ਕਰਨਾ ਜਿਵੇਂ ਮਨੁੱਖ ਨੂੰ ਕਤਲ ਕਰਨਾ, ਇਹਦਾ ਮਾਸ ਕਰਨਾ ਜਿਵੇਂ ਇਨਸਾਨ ਦਾ ਮਾਸ ਕਰਨਾ। ਸੰਨ 44 ਦੀ ਗੱਲ ਹੈ, ਬਾਬਾ ਸੁੰਦਰ ਸਿੰਘ ਅਲੀ ਵੇਗ ਵਾਲੇ, ਸ਼ਾਇਦ ਤੁਹਾਡੇ ਵਿੱਚੋਂ ਕੋਈ ਸਰਗੋ ਦਾ ਗੁਜਰਾਤ ਗੁਜਰਾਂ ਵਾਲੇ ਇਲਾਕੇ ਦਾ ਹੋਵੇ, ਲਾਹੌਰ ਤੋਂ ਪਰੇ, ਉਹਨਾਂ ਨੂੰ ਪਤਾ ਕਿਉਂਕਿ ਲਹਿੰਦੇ ਪੰਜਾਬ ਵਿੱਚ ਬਾਬਾ ਸੁੰਦਰ ਸਿੰਘ ਜੀ ਦੀ ਬੜੀ ਗੱਲ ਸੀ। ਇੱਕ ਬ੍ਰਹਮ ਗਿਆਨੀ ਆਤਮਾ ਸੀ, ਗੁਜਰਾਂ ਵਾਲਾ ਗੁਜਰਾਤ ਸਰਗੋ ਦਾ ਮੀਆਂ ਵਾਲੀ ਮੁਲਤਾਨ ਦੀਆਂ ਸੰਗਤਾਂ ਉਹਨਾਂ ਤੋਂ ਸਦਕੇ ਜਾਂਦੀਆਂ ਸਨ, ਕੁਰਬਾਨ ਜਾਂਦੀਆਂ ਸਨ। ਕਸ਼ਮੀਰ ਦੀ ਸੰਗਤਾਂ ਵੀ ਅੱਠੇ ਪੈਰ ਇੱਕ ਜੁੜੀ ਹੋਈ ਆਤਮਾ ਸੀ। 60 ਗਊਆਂ ਸਨ ਡੇਰੇ ਚ, ਸਵੇਰ ਦੇ ਟਾਈਮ ਪੱਠੇ ਵਾਪ ਪਾਉਂਦੇ ਸਨ। ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਸੂਰਜ ਚੜ੍ਹਦਾ ਸੀ ਉਹਨਾਂ ਗਊਆਂ ਨੂੰ ਪੱਠੇ ਆਪ ਪਾਉਂਦੇ ਸਨ। ਰਾਤ ਨੂੰ ਲੰਗਰ ਦਾ ਵਿੱਚ ਬਚੀਆਂ ਹੋਈਆਂ ਕੋਈ ਰੋਟੀਆਂ ਕੋਈ ਹੋਰ ਸਾਜੋ ਸਮਾਨ ਉਹ ਵੀ ਪਾ ਦਿੰਦੇ ਸਨ ਤੇ ਹਰ ਇੱਕ ਦੀ ਪਿੱਠ ਤੇ ਹੱਥ ਫੇਰਦੇ ਸਨ। ਐਸਾ ਵੀ ਬਜ਼ੁਰਗ ਸੁਣਾਉਂਦੇ ਨੇ, ਅਜੇ ਵੀ ਕੁਝ ਬਜ਼ੁਰਗ ਹੈਗੇ ਨੇ ਜੋ ਅਸ਼ਕਬਾਰ ਅੱਖਾਂ ਨਾਲ ਇਸ ਵਾਰਤਾ ਨੂੰ ਸੁਣਾਉਂਦੇ ਨੇ। ਇੱਕ ਦਿਨ ਜਲਦੀ ਸਨ, ਅਖੰਡ ਪਾਠ ਦਾ ਭੋਗ ਪੈਣ ਵਾਲਾ ਸੀ, ਸਾਰੀਆਂ ਗਊਆਂ ਨੂੰ ਪੱਠੇ ਪਾਏ, ਦੋ ਦੋ ਰੋਟੀਆਂ ਮੂੰਹ ਚ ਪਾਈਆਂ, ਲੇਕਿਨ ਅਖੀਰ ਦੀਆਂ ਜਿਹੜੀਆਂ ਦੋ ਗਊਆਂ ਸਨ ਪੱਠੇ ਤੇ ਪਾ ਦਿੱਤੇ, ਰੋਟੀਆਂ ਰੱਖ ਦਿੱਤੀਆਂ, ਪਿੱਠ ਤੇ ਹੱਥ ਨਹੀਂ ਫੇਰਿਆ, ਉਹਨਾਂ ਨੇ ਘਾਸ ਨੂੰ ਮੂੰਹ ਹੀ ਨਹੀਂ ਮਾਰਿਆ, ਖੜੀਆਂ ਨਹੀਂ ਖਾਧਾ, ਚੌਰ ਕਰ ਰਹੇ ਸਨ। ਸਮਾਪਤੀ ਹੋਈ ਪਾਠ ਦੀ ਤੇ ਇਕਦਮ ਬਾਹਰ ਭੱਜੇ ਹੋਇਆ
ਅੰਦਰ ਬੈਠੀਆਂ ਹੋਈਆਂ ਸੰਗਤਾਂ ਵੀ ਹੈਰਾਨ ਹੈ ਜੀ ਅਰਦਾਸ ਹੋਣੀ ਹੈ। ਇਸ ਤਰ੍ਹਾਂ ਕਦੀ ਬਾਬਿਆਂ ਨੇ ਕੀਤਾ ਨਹੀਂ, ਅੱਜ ਕਰਦੇ ਪੈਣ ਬਾਲ ਆ ਕੇ ਉਹਨਾਂ ਦੋਹਾਂ ਗਊਆਂ ਦੀ ਪਿੱਠ ਤੇ ਹੱਥ ਪੈ ਰਿਹਾ। ਆਖਿਆ ਤੁਹਾਡੀ ਪਰੰਗਾਂ ਨੇ ਮੈਨੂੰ ਚੌਰ ਨਹੀਂ ਕਰਨ ਦਿੱਤੀ ਮਹਾਰਾਜ, ਮੇਰੇ ਕੋਲ ਬੋਲ ਹੋ ਗਈ ਹੈ, ਮਾਫ ਕਰਨਾ। ਗਊ ਤੋਂ ਮਾਫੀ ਤੇ ਮੰਗਦਾ, ਮੱਥੇ ਤੇ ਹੱਥ ਫੇਰਿਆ, ਪਿੱਠ ਤੇ ਹੱਥ ਫੇਰਿਆ, ਉਹ ਰੋਟੀਆਂ ਚੁੱਕ ਕੇ ਮੂੰਹ ਚ ਪਾਈਆਂ ਪਰ ਉਹਨਾਂ ਗਊਆਂ ਦੀ ਅੱਖਾਂ ਚ ਹੰਝੂ ਟੱਪ ਗਏ। ਕੁਛ ਗਊਆਂ ਐਸੀਆਂ ਜਿਨ੍ਹਾਂ ਦਾ ਮਨ ਕੰਮ ਕਰਦਾ ਹੈ। 44 ਵਿੱਚ ਉਹ ਆਪਣੀ ਦੇਹੀ ਛੱਡ ਗਏ, ਜੈਸੇ ਅਰਥੀ ਉਸ ਡੇਰੇ ਚੋਂ ਨਿਕਲੀ। ਇਹ ਕੋਈ ਮਿਥਿਹਾਸ ਮੈਂ ਨਹੀਂ ਬਿਆਨ ਪਿਆ ਕਰਦਾ। 60 ਗੰਗਾ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ। ਉੱਥੇ ਸਾਰੇ ਗੁਜਰਾਤ ਦੇ ਇਲਾਕੇ ਚ ਹਾਹਾਕਾਰ ਮਚ ਗਿਆ ਸੀ। ਹੈ ਇੱਕ ਗਊ ਨਹੀਂ, ਸਾਰਿਆਂ ਨੇ। ਕਾਨਪੁਰ ਵਿੱਚ ਜਾਂ ਆਲੇ ਦੁਆਲੇ ਦੇ ਸ਼ਹਿਰਾਂ ਜਦ ਮੈਨੂੰ ਕੋਈ ਇਹ ਦਾਸਤਾਨ ਸੁਣਾਉਂਦਾ ਸੀ, ਆਪਣੀ ਤਰਕ ਬੁੱਧੀ ਕਰਕੇ ਮੈਂ ਐਸਾ ਸੋਚ ਲੈਂਦਾ ਸੀ ਵੀ ਇਹਨਾਂ ਦੀ ਸ਼ਰਤ ਹੈ, ਬਾਬਿਆਂ ਚ ਇਹਨਾਂ ਦੀ ਸ਼ਰਤ ਹੈ। ਲੇਕਿਨ 5-6 ਸਾਲ ਪਹਿਲੇ ਇੱਕ ਘਟਨਾ ਘਟ ਗਈ। ਇਹ ਤਮਿਲਨਾਡੂ ਦੇ ਵਿੱਚ ਘਟ ਗਿਆ, ਸ਼ਾਇਦ ਆਪਨੇ ਕ੍ਰਿਸ਼ਨਾ ਮੂਰਤੀ ਦਾ ਨਾਂ ਸੁਣਿਆ ਹੋਵੇ। ਭਾਰਤ ਵਿੱਚ ਲੋਕੀ ਗਊਆਂ ਖੁੱਲੀਆਂ ਵੀ ਛੱਡ ਦਿੰਦੀਆਂ, ਗਲੀਆਂ ਚ ਘੁੰਮਦੇ, ਕੁਛ ਮੰਦਰਾਂ ਵਿੱਚ ਚੜਾ ਦਿੰਦੇ ਨੇ, ਗਊਆਂ ਖੁੱਲੀਆਂ ਰਹਿੰਦੀਆਂ। ਐਸੀ ਪਰੰਪਰਾ ਹੈ ਪੁਰਾਣੀ, ਔਰ ਖਾਸ ਕਰਕੇ ਤਮਿਲਨਾਡੂ ਵਿੱਚ ਜ਼ਿਆਦਾ ਹੈ। ਆਸ਼ਰਮ ਵਿੱਚ ਸ਼ਾਮ ਦੇ ਵਕਤ ਕਥਾ ਕਰਦੇ ਸਨ, ਸਵੇਰੇ ਆਪਣੇ ਧਿਆਨ ਸਾਧਨਾ। 3 ਦਿਨ ਉਹ ਇੰਗਲਿਸ਼ ਵਿੱਚ ਬੋਲਦੇ ਸਨ, 1 ਦਿਨ ਹਿੰਦੀ ਵਿੱਚ ਤੇ 3 ਦਿਨ ਫਿਰ ਤਮਿਲ ਵਿੱਚ ਬੋਲਦੇ ਸਨ, ਆਪਣੀ ਮਾਦਰੀ ਜ਼ਬਾਨ ਵਿੱਚ ਤਮਿਲ ਵਿੱਚ ਬੋਲਦੇ ਸਨ। ਭਾਸ਼ਾਵਾਂ ਦਾ ਬੜਾ ਗਿਆਨ ਸੀ। ਇੱਕ ਗਊ ਸਾਢੇ 4 ਤੋਂ 5:30 ਇਹਨਾਂ ਨੇ ਕਥਾ ਕਰਨੀ ਹੈ, 5-7 ਮਿੰਟ ਪਹਿਲੇ ਆ ਜਾਂਦੀ ਸੀ। ਔਰ ਆਸ਼ਰਮ ਦਾ ਜਿਹੜਾ ਗੇਟ ਸੀ ਉਹਦੇ ਬਾਹਰ ਖੜੀ ਰਹਿੰਦੀ ਸੀ, ਖੁੱਲ੍ਹੇ ਲਾਨ ਵਿੱਚ ਉਹ ਕਥਾ ਕਰਦੇ ਸਨ, ਖੁੱਲ੍ਹੀ ਜਗ੍ਹਾ ਤੇ। ਛਾਂ ਹੋ ਜਾਂਦੀ ਸੀ, ਉਸ ਖੁੱਲ੍ਹੇ ਬਗੀਚੇ 'ਚ ਬੈਠ ਕੇ ਉਹਨਾਂ ਨੇ ਕਥਾ ਕਰਨੀ, 1,000-1,500 ਕਦੀ 2,000 ਕਦੀ, ਉਸ ਤੋਂ ਜ਼ਿਆਦਾ ਇਕੱਠ ਸੰਗਤਾਂ ਦਾ ਸੁਣਨ ਆ ਜਾਂਦਾ ਸੀ। ਇੱਕ ਦਿਨ ਉਸ ਗਊ ਨੇ ਹਿੰਮਤ ਕੀਤੀ, ਅੰਦਰ ਆ ਗਈ, ਜਿੱਥੇ ਸੰਗਤਾਂ ਬੈਠਦੀਆਂ ਸਨ ਉੱਥੇ ਆ ਕੇ ਖੜੀ ਹੋ ਗਈ। ਇੱਕ ਸੇਵਾਦਾਰ ਨੇ ਸੋਟੀ ਚੁੱਕੀ ਵੀ ਬਾਹਰ ਕੱਢੀ ਹੈ, ਪਸ਼ੂ ਹੈ। ਕ੍ਰਿਸ਼ਨਾ ਮੂਰਤੀ ਨੇ ਕਥਾ ਕਰਦੇ ਹੋਇਆ ਰੋਕਿਆ, ਨਾ ਇਹ ਸਾਡੀ ਪੱਕਾ ਸਰੋਤਾ ਹੈ, ਤੁਹਾਡੇ ਵਿੱਚੋਂ ਕਦੀ ਕੋਈ ਆਉਂਦਾ ਕਦੀ ਕੋਈ ਨਹੀਂ ਆਉਂਦਾ, ਇਹ ਰੋ ਜਾਣਾ। ਤੁਹਾਡੇ ਵਿੱਚ ਕੁਛ ਬਥੇਰੇ ਐਸੇ ਨੇ ਗੱਲ ਮੇਰੀ ਨਹੀਂ ਸਮਝਦੇ, ਸਮਝਦੀ ਹੈ। ਤੁਹਾਡੇ ਵਿੱਚ ਕੁਝ ਐਸੇ ਵੀ ਨੇ ਸਿਰਫ ਰਸਮਨ ਆਉਂਦੇ ਨੇ, ਪਿਆਰ ਨਹੀਂ ਹੈ, ਇਹਦੇ ਅੰਦਰ ਪਿਆਰ ਵੀ ਹੈ, ਭਾਵਨਾ ਵੀ ਹੈ। ਇਹਦੇ ਲਈ ਸੋਟੀ ਚੁੱਕੀ ਹੈ, ਇਹਦੇ ਪੈਰੀ ਪੈ, ਇਹਦੀ ਤੂੰ ਹੀਣ ਕੀਤੀ ਹੈ ਤੂੰ, ਇਹ ਮੇਰੀ ਸਰੋਤਾ ਹੈ, ਇਹ ਪ੍ਰਮਾਤਮਾ ਦੇ ਨਾਮ ਦੀ ਸਰੋਤਾ ਹੈ।
ਮਾਫ਼ੀ ਮੰਗੀ ਉਸ ਸੇਵਾਦਾਰ ਨੇ ਗਊ ਦੇ ਕੋਲ, ਉਹਨਾਂ ਸੰਤਾਂ ਨੇ ਮੰਗਵਾਈ ਪਰ ਸੋਟੀ ਪਰੋਂ ਸੁੱਟੇ। ਉਸ ਦਿਨ ਤੋਂ ਬਾਅਦ ਰੋਜ਼ ਉਹ ਅੰਦਰ ਆਉਣ ਲੱਗੀ। ਸਾਢੇ ਚਾਰ ਸਾਲ ਹੋਏ ਨੇ, ਉਹਨਾਂ ਦੀ ਦੇਹੀ ਸ਼ਾਂਤ ਹੋਈ, ਚਲਾਣਾ ਕਰ ਗਿਆ। ਉਹਨਾਂ ਦੀ ਅਰਥੀ ਜੈਸੇ ਆਸ਼ਰਮ ਵਿੱਚੋਂ ਨਿਕਲੀ, ਪਹਿਲੇ ਜਿਸ ਗੇਟ ਦੇ ਉੱਤੇ ਖੜੀ ਹੁੰਦੀ ਸੀ, ਜੈਸੇ ਉਸ ਗੇਟ ਵਿੱਚੋਂ ਉਹ ਅਰਥੀ ਨਿਕਲੀ, ਉੱਥੇ ਉਸਨੇ ਉੱਚੀ ਉੱਚੀ ਬੋਲ ਕੇ ਤੜਪ ਕੇ ਪ੍ਰਾਣ ਦਿੱਤੇ। ਹੁਣ ਦੀ ਗੱਲ, ਗਊਆਂ ਵਿੱਚੋਂ ਕਦੀ ਕੁਛ ਗਊਆਂ ਐਸੀਆਂ ਨੇ ਸੋਚਦੀਆਂ ਨੇ, ਸਮਝਦੀਆਂ ਨੇ। ਹਾਥੀਆਂ ਵਿੱਚੋਂ ਵੀ ਕੁਛ ਹਾਥੀ ਐਸੇ ਨੇ ਸੋਚਦੇ ਨੇ, ਸਮਝਦੇ ਨੇ। ਤਾਂ ਹੀ ਤਿਆਗ ਤੇ ਬੈਰਾਗ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਾਰ ਬਾਰ ਉਸ ਹਾਥੀ ਦਾ ਜ਼ਿਕਰ ਕਰਨਾ ਔਰ ਸਾਨੂੰ ਸਮਝਾਉਣ ਵਾਸਤੇ ਦੇਖੋ ਤੇ ਸਹੀ, ਹਾਥੀ ਮੁਕਤ ਹੋ ਗਿਆ ਤੂੰ ਬੰਦਨਾ ਵਿੱਚ ਪੈ, ਉਹ ਰਾਮ ਦਾ ਸਹਾਰਾ ਪਕੜਦਾ ਤੂੰ ਨਹੀਂ ਪਕੜਦਾ। ਸਮਝਾਉਂਦੇ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਸੋਤਾ ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੋਟਾ। ਆਮ ਤੌਰ ਤੇ ਪਸ਼ੂਆਂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਕੋਲ ਬੜਾ ਵਿਕਸਿਤ ਮਨ ਹੈ। ਦੇਵਤੇ ਦੋ ਤਰ੍ਹਾਂ ਦੇ, ਪਿਛਲੇ ਜਨਮ ਵਿੱਚ ਬੜੀ ਬੰਦਗੀ ਕੀਤੀ ਹੈ, ਬੜਾ ਜਪ ਤਪ ਕੀਤਾ। ਉਦਾਹਰਣ ਮਾਤਰ, ਜਿਵੇਂ 100 ਮੀਲ ਦੀ ਯਾਤਰਾ ਹੋਵੇ, 90 ਮੀਲ ਤੇ ਤੈਅ ਕਰ ਚੁੱਕੇ ਸਨ। ਫਿਰ ਸਰੀਰ ਦਾ ਅੰਤ ਹੋ ਗਿਆ, ਵਾਰਡ ਤੇ ਰਹਿ ਗਏ। ਐਸੀ ਰੂਹ ਦਾ ਜਲਦੀ ਜਨਮ ਨਹੀਂ ਆਉਂਦਾ, ਕਿਉਂ? ਇਤਨੀ ਪਵਿੱਤਰ ਹੈ, ਇਤਨੀ ਪਵਿੱਤਰ ਹੈ, ਉਹਨੂੰ ਕੋਈ ਪਵਿੱਤਰ ਗੋਦ ਚਾਹੀਦੀ ਹੈ ਸੰਸਾਰ ਵਿੱਚ ਆਉਣ ਵਾਸਤੇ। ਇਸ ਵਾਸਤੇ ਖਲਾਅ ਵਿੱਚ ਦੇਵਤੇ ਭਟਕਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦੇ। ਇਸ ਤਰ੍ਹਾਂ ਦਾ ਮੈਂ ਇੱਕ ਦ੍ਰਿਸ਼ ਹਜ਼ੂਰ ਸਾਹਿਬ ਦੇਖਿਆ, ਜੋ ਇਹਨਾਂ ਨੇ ਅੱਖਾਂ ਨੇ ਦੇਖਿਆ, ਰੋਜ਼ ਦੇਖਿਆ। ਉਦੋਂ ਬਾਬਾ ਹਰਨਾਮ ਸਿੰਘ ਜੀ, ਬਾਬਾ ਨਿਧਾਨ ਸਿੰਘ ਤੋਂ ਬਾਅਦ ਉਹੀ ਸੇਵਾ ਕਰਦੇ ਸਨ ਲੰਗਰ ਦੇ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਨਿਧਾਨ ਸਿੰਘ ਜੀ ਦੇ ਸਵੇਰੇ ਉਹ 10 ਵਜੇ ਕਿਤੇ ਲੰਗਰ ਖੋਲਦੇ ਸਨ ਤੇ ਲੰਗਰ ਦੇ ਸਾਰੇ ਭਾਂਡੇ ਵੱਜਣ ਲੱਗ ਪਏ। ਲੰਗਰ ਤੇ ਅਜੇ ਤਿਆਰ ਨਹੀਂ ਸੀ, ਕਿਤੇ 12 ਵਜੇ ਵੱਜਣ, ਸਾਰੇ ਭਾਂਡੇ ਵੱਜਣ ਲੱਗ ਪਏ, ਖੜ 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 ਬੜਾ ਸ਼ੋਰ। ਸੰਗਤਾਂ ਡਰ ਗਈਆਂ, ਬਾਬੇ ਹੈਰਾਨ, ਇਹ ਕੀ ਹੋ ਗਿਆ? ਫਿਰ ਤੇ ਐਸਾ ਹੋਇਆ, ਘੰਟਾ ਡੇਢ ਘੰਟਾ ਰੋਜ਼ ਖੜਕਦਾ। ਕੁਛ ਸਿਆਣੇ ਮਹਾਂਪੁਰਸ਼ਾਂ ਨੇ ਕਹਿ ਦਿੱਤਾ, ਬਾਬਾ ਵੀ 10 ਵਜੇ ਲੰਗਰ ਖੋਲ ਦਿੰਦੇ ਸਨ, ਤੁਸੀਂ ਉਦੋਂ ਖੋਲੋ, ਲੇਟ ਨਾ ਕਰੋ ਤੇ ਅਖੰਡ ਪਾਠ ਵੀ ਰਖਾ ਲਓ। ਅਖੰਡ ਪਾਠ ਰਖਾਇਆ, ਅਰਦਾਸ ਕੀਤੀ, ਮਹਾਰਾਜ ਇਹ ਨਾ ਹੋਵੇ। ਸੰਤਾਂ ਡਰ ਜਾਂਦੀਆਂ, ਲੋਕੀ ਕਮਰਿਆਂ ਚੋਂ ਨਿਕਲ ਆਉਣੇ, ਭੱਜਦੇ ਨੇ, ਭੈਭੀਤ ਹੋ ਜਾਂਦੇ ਨੇ, ਇਹ ਕੀ ਹੋ ਗਿਆ? ਅਰਦਾਸ ਸਫਲ ਹੋਈ, ਸਾਰੇ ਭਾਂਡੇ ਵੱਜਣੇ ਤੇ ਬੰਦ ਹੋ ਗਏ, ਇੱਕ ਡਰੰਮ ਵੱਜਦਾ ਸੀ। ਉਹ ਗਲਬਨ 15-20 ਸਾਲ ਤੱਕ ਵੱਜਦਾ ਰਿਹਾ।
ਮੈਨੂੰ ਜਦ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪੁਜਾਰੀ ਨੇ ਬਾਬਾ ਮੋਹਨ ਸਿੰਘ ਹੈਡ ਪੁਜਾਰੀ ਨੇ ਜਦ ਇਹ ਆਖਿਆ ਕੋਈ ਪਵਿੱਤਰ ਆਤਮਾ ਥੋੜੀ ਜਿਹੀ ਵਾਟ ਰਹਿ ਗਈ ਹੋਣੀ ਹੈ, ਕੋਈ ਡੇਰੇ ਦਾ ਸਿੰਘ ਹੋਣਾ, ਭਜਨ ਬਹੁਤ ਕਰਦਾ ਹੋਣਾ, ਬੰਦਗੀ ਬਹੁਤ ਕਰਨ ਦਾ ਹੋਣਾ, ਸੇਵਾ ਬਹੁਤ ਕਰਨ ਦਾ ਹੋਣਾ, ਮੁਕਤ ਨਹੀਂ ਹੋਇਆ ਹੋਣਾ, ਜਨਮ ਲੈਣਾ ਚਾਹੁੰਦਾ, ਕੋਈ ਗੋਦ ਚੰਗੀ ਚਾਹੀਦੀ, ਪਵਿੱਤਰ ਗੋਦ ਚਾਹੀਦੀ ਹੈ, ਹਰ ਗੋਦ ਤੋਂ ਨਹੀਂ ਆ ਸਕਦਾ, ਦੇਵਤਾ ਇਹ ਕੰਮ ਉਸਦਾ ਹੈ ਔਰ ਅਜੇ ਵੀ ਕਰੀ ਜਾ ਰਿਹਾ। ਮੈਂ ਕਿਹਾ ਪੁਜਾਰੀ ਸਾਹਿਬ ਤੁਸੀਂ ਇਤਨੇ ਗਿਆਨੀ ਹੋ, ਪੜ੍ਹੇ ਲਿਖੇ ਹੋ, ਇਤਨੇ ਟੀਕੇ ਕੀਰਤਨ, ਤੁਸੀਂ ਵੀ ਸਵੈਮ ਤੋਂ ਆਦਿ ਚ ਪੈ ਗਏ। ਕਹਿਣ ਲੱਗੇ ਕਿ ਗਿਆਨੀ ਸਿੰਘ ਹੈ, ਤੂੰ ਆਪ ਹੀ ਜਾ ਕੇ ਸੁਣ ਲੈ। ਸਾਡੇ ਨਾਲ ਦੇ ਕਰੀਬ ਵੱਜਦਾ ਸੀ, ਸਾਢੇ ਸੱਤ ਤੋਂ ਸਾਢੇ ਅੱਠ ਦਾਸ ਕਥਾ ਕਰਦਾ ਸੀ। ਅਰਦਾਸ ਹੁੰਦਿਆਂ ਸਮਾਪਤੀ ਹੁੰਦਿਆਂ ਸਾਢੇ ਨੌ ਪੌਣੇ ਦਸ ਵੱਜ ਜਾਂਦੇ ਸਨ। ਫਿਰ ਮੈਂ ਕਿਹਾ ਪੁਜਾਰੀ ਸਾਹਿਬ ਮੈਂ ਕਥਾ ਕਰਕੇ ਇਕਦਮ ਚਲਾ ਜਾਵਾਂਗਾ, ਨਹੀਂ ਰੁਕਾਂਗਾ, ਮੈਂ ਦੇਖਣਾ ਸੁਣਨਾ ਗੱਲ ਹੈ ਕਿ ਨਹੀਂ। ਨਾਲ ਹੋਰ ਸੰਗਤਾਂ ਮੇਰੇ, ਉਹਨਾਂ ਨੂੰ ਵੀ ਮੈਂ ਲੈ ਗਿਆ। ਉੱਥੇ ਗਿਆ ਤੇ ਆਲੇ ਦੁਆਲੇ ਸੰਗਤਾਂ ਬੈਠੀਆਂ ਹੋਈਆਂ ਸਨ ਸੁਣਨ ਵਾਸਤੇ, ਮੈਂ ਵੀ ਬੈਠ ਗਿਆ। ਬਾਬਾ ਹਰਨਾਮ ਸਿੰਘ ਮੈਨੂੰ ਦੇਖ ਕੇ ਹੱਸ ਪਏ, ਕਿਉਂਕਿ ਉਹਨਾਂ ਨੂੰ ਵੀ ਕਿਧਰੇ ਪਤਾ ਸੀ ਵੀ ਤਾਰਕਿਕ ਬੰਦਾ ਤਰਕ ਕਰਦਾ ਹੈ। ਜੈਸੇ ਜ਼ੋਰ ਦਾ ਵਜਿਆ ਤੇ ਥੋੜੇ ਜਿਹਾ ਮੈਨੂੰ ਵੀ ਕੰਬੜੀ ਛਿੜੀ, ਅਚਾਨਕ ਆਪਣੇ ਖਿਆਲਾਂ ਚ ਮੈਂ ਬੈਠਾ। ਮੈਂ ਕਹਾਂ ਸਾਰਿਆਂ ਨੇ ਸੁਣਿਆ ਤੇ ਸਾਰਿਆਂ ਨੇ ਫਿਰ ਜੈਕਾਰਾ ਵਜਾਇਆ ਤੇ ਵਾਹਿਗੁਰੂ ਵਾਹਿਗੁਰੂ ਬੋਲਿਆ। ਹਰ ਸਾਲ ਦਾਸ ਹੋਲੇ ਮਹੱਲੇ ਦੇ ਦਿਨਾਂ ਚ ਕਥਾ ਕਰਨ ਲਈ ਜਾਂਦਾ ਰਿਹਾ, ਹੁਣ ਵੀ ਜਾਂਦਾ ਹੈ। ਮੈਂ ਸੁਣਦਾ ਰਿਹਾ ਉਸਨੂੰ, ਦੇਵਤੇ ਕੋਲੋਂ ਮਨ ਤੇ ਹੈ, ਗਿਆਨ ਤੇ ਹੈ, ਰਸ ਵੀ ਹੈ, ਤਨ ਨਹੀਂ ਹੈ। ਦੂਜੇ ਦੇਵਤੇ ਉਹਨਾਂ ਨੂੰ ਕਹਿੰਦੇ ਨੇ, ਗਿਆਨੀ ਨੇ ਭਜਨ ਬੰਦਗੀ ਕਰਦੇ ਨੇ, ਸ਼ੁਭ ਕਰਮ ਨੇ, ਉਹਨਾਂ ਦੀ ਸੁਰਤ ਪਰਮਾਤਮਾ ਦੇ ਮਾਰਗ ਤੇ ਚਲੀ ਹੋਈ ਹੈ ਦੇਵਤੇ, ਜਾਂ ਪਹੁੰਚ ਗਏ ਨੇ ਦੇਵਤੇ ਨੇ, ਜੀਵਦੇ ਨੇ। ਲੋਕੀ ਕਹਿ ਦਿੰਦੇ ਨੇ ਮਨੁੱਖ ਨਹੀਂ ਹੈ, ਦੇਵਤਾ ਹੈ। ਮੁਸਲਮਾਨਾਂ ਚ ਕਹਿੰਦੇ ਨੇ ਇਹ ਇਨਸਾਨ ਨਹੀਂ ਹੈ, ਫਰਿਸ਼ਤਾ ਹੈ ਤੇ ਫਰਿਸ਼ਤਾ ਹੈ। ਪਸ਼ੂਆਂ ਵਿੱਚ ਸਿਰਫ ਪਸ਼ੂ ਹੀ ਹੁੰਦੇ ਨੇ, ਫਰਿਸ਼ਤਿਆਂ ਵਿੱਚ ਦੇਵਤਿਆਂ ਦੇ ਸਿਰਫ ਦੇਵਤਾ ਹੀ ਆਉਂਦੇ ਨੇ। ਇੱਕ ਮਨੁੱਖ ਹੈ, ਇਹਦੇ ਤਿੰਨੋਂ ਰੂਪ ਤੁਸੀਂ ਵੇਖ ਸਕਦੇ। ਕੋਈ ਮਨੁੱਖ ਮਨੁੱਖ ਦਿਖਾਈ ਦਿੰਦਾ ਹੋਵੇਗਾ ਪਸ਼ੂ ਹੋਵੇਗਾ, ਕੋਈ ਮਨੁੱਖ ਮਨੁੱਖ ਦਿਖਾਈ ਦਿੰਦਾ ਹੋਵੇਗਾ ਦੇਵਤਾ ਹੋਵੇਗਾ, ਫਰਿਸ਼ਤਾ ਹੋਵੇਗਾ, ਔਰ ਕੋਈ ਮਨੁੱਖ ਵਾਕਈ ਮਨੁੱਖ ਹੋਵੇਗਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੇ ਮਰ ਇਨਸਾਨੀਅਤ ਦਾ ਮਾਦਾ ਹੈ, ਇਨਸਾਨ ਹੈ, ਇਹਦੇ ਅੰਦਰ ਮਨੁੱਖਤਾ ਦਾ ਮਾਦਾ ਹੈ, ਇਹ ਤੇ ਮਨੁੱਖ ਇਹ ਮਾਨਵਤਾ ਦੇ ਦਾਇਰੇ ਚ ਰਹਿੰਦਾ। ਤੋ ਆਪ ਦੀ ਗਿਆਤਲੀ ਅਰਜ਼ ਕਰਾਂ, ਮੁਕਤ ਹੋਣ ਲਈ ਮਨੁੱਖਾ ਤਨ ਮਹਾਨ ਹੈ, ਮੁਕਤ ਹੋਣ ਲਈ ਪਸ਼ੂ ਨੂੰ ਵੀ ਲੰਬੀ ਚੌੜੀ ਯਾਤਰਾ ਤੋਂ ਬਾਅਦ ਮਨੁੱਖ ਹੋਣਾ ਪਏਗਾ, ਦੇਵਤੇ ਨੂੰ ਵੀ ਮਨੁੱਖਤਾ ਦਾ ਜਨਮ ਧਾਰਨ ਕਰਨਾ ਪਏਗਾ। ਇਸ ਦੇ ਹੀ ਕੋ ਸਿਮਰੇ ਦੇਵ ਸੋ ਦੇ ਹੀ ਬਜਹਰ ਕੀ ਸੇਵ। ਦੇਵਤੇ ਵੀ ਕਹਿੰਦੇ ਨੇ ਸਾਡਾ ਜਨਮ ਹੋਵੇ ਤੇ ਅਸੀਂ ਜਿਹੜੀ ਥੋੜੀ ਵਾਟ ਰਹਿੰਦੀ ਹੈ ਤੈਅ ਕਰੀਏ ਤੇ ਗੱਲ ਖਤਮ।
ਮਨੁੱਖ ਹੀ ਮਹਾਨ ਹੈ। ਸਾਰਾ ਵਿਕਾਸ ਮਨੁੱਖ ਨੇ ਕੀਤਾ ਇਸ ਸੰਸਾਰ ਦੇ, ਤੇ ਵਿਕਾਸ ਇਤਨਾ ਕਿਉਂ ਕੀਤਾ ਇਹਦੇ ਪਿੱਛੇ ਸਿਰਫ ਭੁੱਖ, ਭੋਜਨ ਦੀ ਭੁੱਖ ਨੇ ਐਸਾ ਕਰਵਾਇਆ, ਦੋ ਰੋਟੀਆਂ ਨੇ ਕਰਵਾਇਆ। ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਬਹੁਤ ਤਗੜਾ ਵਪਾਰੀ ਹੈ, ਬਿਜ਼ਨਸਮੈਨ ਹੈ, ਕੋਈ ਮਜ਼ਦੂਰੀ ਕਰ ਰਿਹਾ। ਹਜ਼ਾਰਾਂ ਤਰ੍ਹਾਂ ਦੇ ਧੰਦਿਆਂ ਵਿੱਚ ਪ੍ਰਵਿਰਤ ਲੋਕ ਦੋ ਰੋਟੀਆਂ ਮਨੁੱਖ ਕੋਲੇ ਸਭ ਕੁਝ ਕਰਾ ਰਹੀਆਂ ਨੇ। ਭੋਜਨ ਦੀ ਭੁੱਖ ਨੇ ਮਨੁੱਖ ਦੇ ਕੋਲੇ ਇਤਨਾ ਵਿਕਾਸ ਕਰਾ ਲਿਆ, ਰੇਲਾਂ, ਮੋਟਰਾਂ, ਗੱਡੀਆਂ ਬਣਵਾ ਲਈਆਂ, ਸੜਕਾਂ ਬਣਵਾ ਲਈਆਂ, ਸ਼ਹਿਰ ਕਸਬੇ ਬਣਵਾ ਲਏ, ਬੜੇ ਬੜੇ ਕਾਰਖਾਨੇ, ਫੈਕਟਰੀਆਂ। ਪਦਾਰਥਾਂ ਦੀ ਭੁੱਖ, ਭੋਜਨ ਦੀ ਭੁੱਖ, ਪਾਣੀ ਦੀ ਪਿਆਸ ਨੇ ਮਨੁੱਖ ਦੇ ਕੋਲ ਬੜਾ ਵਿਕਾਸ ਕਰਾਇਆ, ਬੜਾ ਵਿਕਾਸ ਕਰਾਇਆ। ਬਾਰਾਂ ਹੀ ਹੋਇਆ ਵਿਕਾਸ। ਪਰਮਾਤਮਾ ਦੀ ਪਿਆਸ ਨੇ, ਪਰਮਾਤਮਾ ਦੀ ਭੁੱਖ ਨੇ ਮਨੁੱਖ ਦੇ ਕੋਲ ਬੜਾ ਭਾਰੀ ਅਧਿਆਤਮਕ ਵਿਕਾਸ ਕਰਾਇਆ। ਪਤਾ ਨਹੀਂ ਕਿਤਨੇ ਧਰਮ ਗ੍ਰੰਥਾਂ ਦੀ ਰਚਨਾ ਹੋਈ। ਭਾਰਤ ਦੇ ਪ੍ਰਾਚੀਨ ਧਰਮ ਗ੍ਰੰਥ 108 ਉਪਨਿਸ਼ਦਾਂ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, ਤੇ ਗਿਆਨ ਦੇ ਸਾਗਰ, ਗਿਆਨ ਦੇ ਪਿਤਾਮਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਗੁਰਦਾਸ ਦੀਆਂ ਵਾਰਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਦੀਆਂ ਰਚਨਾਵਾਂ, ਔਰ ਭਾਈ ਸਾਹਿਬ ਭਾਈ ਨੰਦ ਲਾਲ ਦੇ ਅਮਰ ਗੀਤ, ਬੈਰਾਗ ਨਾਲ ਭਰੇ, ਰਸ ਨਾਲ ਭਰੇ ਹੈ। ਭਾਈ ਸਾਹਿਬ ਦੀ ਮੰਗ ਭਾਈ ਨੰਦ ਲਾਲ, ਯਾ ਇਲਾਹੀ ਇਹ ਦਿਲ ਮੇਰਾ ਸ਼ੌਕ ਦੇ, ਐ ਮੇਰੇ ਗੁਰੂ ਇੱਕੋ ਹੀ ਸ਼ੌਕ ਰਹਿ ਗਿਆ ਕਿ ਪਰਮਾਤਮਾ ਦੇ ਮਿਲਣ ਦੀ ਉਮੰਗ ਦੇ, ਸ਼ੌਕ ਦੇ ਹੋਰ ਕੋਈ ਸ਼ੌਕ ਨਹੀਂ। ਗੱਲ ਖਤਮ। ਯਾ ਇਲਾਹੀ ਇਹ ਦਿਲ ਮੇਰਾ ਸ਼ੌਕ ਦੇ, ਬਰ ਗਲੋ ਅਗ ਬੰਦ ਗੀਰਾ ਤੌਕ ਦੇ, ਮੇਰੇ ਗਲੇ ਵਿੱਚ ਬੰਦਗੀ ਦਾ ਤੌਕ ਪਾ ਦੇ। ਪੁਰਾਣੇ ਜ਼ਮਾਨੇ ਜਿਹੜੇ ਗੁਲਾਮ ਵਿਕਦੇ ਸਨ ਉਹਨਾਂ ਦੇ ਗਲੇ ਤੌਕ ਪਾ ਦਿੱਤਾ ਜਾਂਦਾ ਸੀ। ਮੁਗਲ ਬਾਦਸ਼ਾਹਾਂ ਦੀ ਫੌਜ ਵਿੱਚ ਬਹੁਤੇ ਗੁਲਾਮ ਆਉਂਦੇ ਸਨ, ਵਿਕੇ ਹੋਏ, ਗਲੇ ਵਿੱਚ ਤੌਕ ਆਉਂਦਾ ਸੀ। ਨੰਦ ਲਾਲ ਕਹਿੰਦੇ ਨੇ, ਹੇ ਗੁਰੂ ਤੇਰਾ ਗੁਲਾਮ ਆ, ਮੇਰੇ ਗਲੇ ਵਿੱਚ ਬੰਦਗੀ ਦਾ ਤੌਕ ਪਾ ਦੇ। ਯਾ ਇਲਾਹੀ ਇਹਦੇ ਰੰਗਾ ਸ਼ੌਕ ਦੇ, ਦਰ ਗਲੋ ਅਗ ਬੰਦ ਗੀਰਾ ਤੌਕ ਦੇ। ਇਤਨੇ ਧਰਮ ਗ੍ਰੰਥਾਂ ਦੀ ਰਚਨਾ ਹੋਈ ਭਾਰਤ ਵਿੱਚ, ਫਿਰ ਮਿਡਲ ਈਸਟ ਵਿੱਚ ਵੀ ਹੋਈ, ਕੁਰਾਨ, ਅੰਜੀਲ, ਤੌਰੇਤ, ਬਾਈਬਲ, ਫਿਰ ਹਦੀਸਾਂ, ਫਿਰ ਕਿਤਨੇ ਭਗਤਾਂ ਦੀਆਂ ਰਚਨਾਵਾਂ ਬੰਗਾਲ ਵਿੱਚ ਹੋਏ, ਗੁਜਰਾਤ ਵਿੱਚ ਹੋਏ, ਚਾਈਨਾ ਵਿੱਚ ਹੋਏ, ਈਰਾਨ ਵਿੱਚ ਹੋਏ, ਸੂਫੀ ਫਕੀਰ ਉਹਨਾਂ ਦੀਆਂ ਬਾਣੀਆਂ, ਕਿਧਰੇ ਗੁਜਰਾਤੀ ਵਿੱਚ, ਕਿਧਰੇ ਮਰਾਠੀ ਵਿੱਚ, ਰਾਮਾਇਣ ਲਿਖੀ ਹੈ ਸੰਤ ਤੁਕਾਰਾਮ ਨੇ ਮਰਾਠੀ ਵਿੱਚ। ਹੁਣੇ ਇੱਕ ਚੰਗੇ ਸਿਆਣੇ ਮਹਾਰਾਸ਼ਟਰੀਅਨ ਨੇ, ਬਜ਼ੁਰਗ ਹੈ, ਜਪਜੀ ਸਾਹਿਬ ਦਾ ਟੀਕਾ ਕੀਤਾ ਮਰਾਠੀ ਵਿੱਚ, ਤਾਂ ਕਿ ਮਹਾਰਾਸ਼ਟਰੀਅਨ ਲੋਕ ਪੜ੍ਹਨ। ਇੱਕ ਹੋਰ ਸੱਜਣ ਨੇ ਤੇਲਗੂ ਵਿੱਚ ਕੀਤਾ ਜਪਜੀ ਸਾਹਿਬ ਦਾ ਟੀਕਾ। ਕਹਿਣ ਤੋਂ ਮੁਰਾਦ ਪ੍ਰਾਂਤਿਕ ਭਾਸ਼ਾਵਾਂ ਵਿੱਚ,
ਫਿਰ ਸੂਫੀ ਫਕੀਰਾਂ ਦਾ ਪਰਸ਼ੀਅਨ ਵਿੱਚ ਕਲਾਮ, ਫਿਰ ਚਾਈਨਾ ਵਿੱਚ ਬੜੇ ਬੜੇ ਸੰਤ ਹੋਏ, ਲਾਓਤਸੇ ਹੋਇਆ, ਕਨਫੂਸ਼ੀਅਸ ਹੋਇਆ, ਬੌਧ ਧਰਮ ਹੋਇਆ, ਚੰਗੇ ਚੰਗੇ ਬੌਧ ਭਿਕਸ਼ੂ ਉਹਨਾਂ ਦੀਆਂ ਰਚਨਾਵਾਂ ਨੇ। ਇਹ ਹਜ਼ਾਰਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਦਾ ਆਲਮੇ ਵਜੂਦ ਵਿੱਚ ਆਉਣਾ ਇਹ ਪਰਮਾਤਮਾ ਦੀ ਪਿਆਸ ਨੇ ਮਨੁੱਖ ਦੇ ਕੋਲੋਂ ਕਰਵਾਇਆ ਹੈ, ਪ੍ਰਭੂ ਦੀ ਬੁੱਖ ਨੇ ਕਰਵਾਇਆ, ਈਸ਼ਵਰ ਦੀ ਬੁੱਖ ਨੇ ਕਰਵਾਇਆ, ਪਰਮਾਤਮਾ ਦੀ ਪਿਆਸ ਨੇ ਕਰਵਾਇਆ। ਜਿਸੇ ਭੋਜਨ ਦੀ ਬੁੱਖ ਨੇ ਕਿਸੇ ਨੂੰ ਡਾਕਟਰ ਬਣਾਇਆ, ਇੰਜੀਨੀਅਰ ਬਣਾਇਆ, ਭਜਨ ਦੀ ਬੁੱਖ ਨੇ ਕਿਸੇ ਨੂੰ ਸੰਤ ਬਣਾਇਆ, ਕਿਸੇ ਨੂੰ ਰਿਸ਼ੀ ਬਣਾਇਆ, ਕਿਸੇ ਨੂੰ ਭਗਤ ਬਣਾਇਆ, ਕਿਸੇ ਨੂੰ ਬੈਰਾਗੀ ਬਣਾਇਆ, ਕਿਸੇ ਨੂੰ ਸੰਨਿਆਸੀ ਬਣਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਬੜਾ ਕੀਮਤੀ ਹੈ, ਸਾਹਿਬ ਕਹਿੰਦੇ ਦੇਵ ਧਿਆਨ ਦਰਸਨ ਕੇ ਤਾਈ ਦੁੱਖ ਭੁੱਖ ਤੀਰਥ ਕੀ ਹੈ, ਜੋਗੀ ਜਤੀ ਜੁਗਤ ਮੇ ਰਹਿਤੇ ਕਰ ਕਰ ਭਗਵੇ ਵੇਸ ਬੈ ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਇਹ ਪ੍ਰਭੂ ਤੇਰੇ ਰੰਗ ਕਰਕੇ, ਤੇਰੀ ਬੁੱਖ ਕਰਕੇ, ਤੇਰੀ ਪਿਆਸ ਕਰਕੇ ਕੁਛ ਦੇਵਤਿਆਂ ਨੇ ਬੜੇ ਦੁੱਖ ਉਠਾਏ, ਤੀਰਥਾਂ ਦਾ ਭਰਮਣ ਕਰਦੇ ਰਹੇ, ਭੁੱਖੇ ਰਹੇ, ਪਿਆਸੇ ਰਹੇ, ਮਿਲ ਗਿਆ ਤੇ ਖਾ ਲਿਆ, ਨਹੀਂ ਤੇ ਦੁੱਖ। ਦੇਵਤਿਆਂ ਦਰਸਨ ਕੇ ਤਾਈ ਦੁੱਖ ਭੁੱਖ ਤੀਰਥ ਕੀ ਹੈ, ਜੋਗੀ ਜਤੀ ਜਗਤ ਮੇ ਰਹਿਤੇ ਕਰ ਕਰ ਭਗਵੇ ਭੇਸ ਬੈ। ਕਈ ਜੋਗੀ ਬਣ ਗਏ, ਕਈ ਜਤੀ ਬਣ ਗਏ, ਤਰ੍ਹਾਂ ਤਰ੍ਹਾਂ ਦੇ ਭਗਵੇ ਭੇਸ ਬਤਾਰਨ ਕਰਕੇ ਇਹ ਪ੍ਰਭੂ ਤੇਰੀ ਤਲਾਸ਼ ਦੇ ਕਿਧਰ ਉਧਰ ਭਟਕਦੇ ਰਹੇ। ਤਉ ਕਾਰਨ ਸਾਹਿਬਾ ਰੰਗ ਰਤੇ, ਪਖੰਡੀਆਂ ਦਾ ਜ਼ਿਕਰ ਨਹੀਂ ਪਏ ਕਰਦੇ ਜੋ ਸਹੀ ਮਿਹਨਤ ਰੱਬ ਦੀ ਤਲਾਸ਼ ਵਾਸਤੇ ਐਸਾ ਕਰਦੇ ਸਨ। ਸਾਹਿਬ ਕਹਿੰਦੇ ਹੇ ਪ੍ਰਭੂ ਤੇਰੀ ਹਾਤਰੇ ਕਰਦੇ ਪੈਣੇ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਸਦੂਰ ਖਿਆਲ ਦੇ ਰਹਿਣਾ, ਜੈਸੇ ਧਨ ਕਮਾਉਣ ਦੇ ਹਜ਼ਾਰਾਂ ਢੰਗ ਨੇ, ਭੋਜਨ ਕਮਾਉਣ ਦੇ ਹਜ਼ਾਰਾਂ ਢੰਗ ਨੇ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਇੰਜੀਨੀਅਰ ਹੈ, ਕਿਸੇ ਨੇ ਦੁਕਾਨ ਖੋਲੀ ਹੋਈ ਹੈ, ਮਜ਼ਦੂਰੀ ਕਰ ਲਿਆ, ਲੇਬਰ ਕਰ ਲਿਆ, ਭਜਨ ਕਰਨ ਦੇ ਵੀ ਹਜ਼ਾਰਾਂ ਢੰਗ ਨੇ, ਪਰਮਾਤਮਾ ਦੀ ਪ੍ਰਾਪਤੀ ਦੇ ਵੀ ਹਜ਼ਾਰਾਂ ਢੰਗ। ਉਹਨਾਂ ਸਾਰਿਆਂ ਦਾ ਸਤਿਗੁਰ ਜ਼ਿਕਰ ਪੈ ਕਰਦੇ ਨੇ। ਜੋਗੀ ਜਤੀ ਜੁਗਤ ਮੇ ਰਹਿਤੇ ਕਰ ਕਰ ਭਗਵੇ ਭੇਸ ਬੈ ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਘਰ ਘਰ ਮੇਲਾ ਹਸਤੀ ਗੋੜੇ ਛੋੜ ਵਿਲਾਸ ਦੇਸ ਗਏ, ਪੀਰ ਪੈਗੰਬਰ ਸਾਲਕ ਸਾਧਕ ਛੋੜੀ ਦੁਨੀਆਂ ਥਾਂ ਪਏ। ਇਹ ਪ੍ਰਭੂ ਕਈਆਂ ਨੇ ਦੀਨ ਦੀ ਖਾਤਰ ਦੁਨੀਆਂ ਹੀ ਛੋੜ ਦਿੱਤੀ, ਕਈਆਂ ਨੇ ਧਰਮ ਦੀ ਖਾਤਰ ਧਨ ਹੀ ਛੋੜ ਦਿੱਤਾ, ਖਾਤਰ ਕਈਆਂ ਨੇ ਹੇ ਪਰਮਾਤਮਾ ਤੇਰੀ ਖਾਤਰ ਪਦਾਰਥ ਹੀ ਛੋੜ ਦਿੱਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ, ਪੀਰ ਪੈਗੰਬਰ ਸਾਲਕ ਸਾਧਕ ਛੋੜੀ ਦੁਨੀਆਂ ਥਾਂ ਪਏ, ਸਾਧ ਸਹਿਜ ਸੁਖ ਰਸਕਸ ਤਵੀਲੇ ਕਾਪੜ ਛੋੜੇ ਚਮੜ ਲਈਏ, ਦੁਖੀਏ ਦਰਦ ਵੰਦ ਦਰ ਤੇਰੇ ਨਾਂ ਰਤੇ ਦਰਵੇਸ਼ ਬੈ। ਕਈਆਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਨੂੰ ਛੱਡ ਦਿੱਤਾ, ਸਾਧ ਸਹਿਜ ਸੰਸਾਰੀ ਸੁੱਖਾਂ ਨੂੰ ਛੋੜ ਦਿੱਤਾ, ਘਰ ਦਾ ਰਹਿਣਾ ਛੱਡ ਦਿੱਤਾ, ਰੁੱਖਾਂ ਥੱਲੇ ਰਾਤ ਕੱਟਣੀ, ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਣੇ ਛੋੜ ਦਿੱਤੇ, ਰੁੱਖਾਂ ਸੁੱਖਾਂ ਖਾ ਕੇ
ਉਦਰੀਕ ਕਾ ਚਲਾ ਗਏ। ਸਾਧ ਸਹਿਜ ਸੁਖ ਰਸ ਕਸ ਤਜੀਲੇ, ਕਾਪੜ ਛੋੜੇ ਚਮੜ ਲਈਏ। ਪ੍ਰਭੂ ਕਈਆਂ ਨੇ ਕੰਮ ਚਮੜੇ ਦੀ ਜੋ ਹੈ ਖਲ ਛਾਲ ਉਹਦੇ ਨਾਲ ਆਪਣਾ ਤਨ ਢਕ ਲਿਆ, ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦਾ ਪਹਿਨਣਾ ਵੀ ਛੱਡ ਦਿੱਤਾ। ਕਾਪੜ ਛੋੜੇ ਚਮੜ ਲਈਏ, ਦੁਖੀਏ ਦਰਦ ਵੰਦ ਦਰ ਤੇਰੇ, ਨਾ ਰਤੇ ਦਰਵੇਸ਼ ਬਏ। ਪ੍ਰਭੂ ਪਤਾ ਨੀ ਕਿਤਨੇ ਸੰਸਾਰ ਦੇ ਉਹਨਾਂ ਨੇ ਦੁੱਖ ਉਠਾਏ ਤੇਰੇ ਲਈ। ਮਹਾਰਾਜ ਉਹਨਾਂ ਦੀ ਵਕਾਲਤ ਪੇ ਕਰਦੇ, ਉਹਨਾਂ ਦੇ ਨਾਲ ਖੜੇ ਹੋ ਕੇ, ਦੁਖੀਏ ਦਰਦ ਵੰਦ ਦਰ ਤੇਰੇ, ਇੰਨੇ ਦੁੱਖ ਉਠਾਏ ਨੇ ਹੇ ਪ੍ਰਭੂ ਤੇਰੇ ਲਈ। ਦੁਖੀਏ ਦਰਦ ਵੰਦ ਦਰ ਤੇਰੇ, ਨਾ ਰਤੇ ਦਰਵੇਸ਼ ਬਏ। ਇਹਨਾਂ ਕਈ ਤੇਰੇ ਨਾਮ ਨਾਲ ਰੰਗੇ ਗਏ, ਦਰਵੇਸ਼ ਬਣ ਗਏ, ਸੰਤ ਬਣ ਗਏ, ਪਹੁੰਚ ਗਏ, ਭਗਤ ਬਣ ਗਏ। ਖਲੜੀ ਖਪੜੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੇਨੀ, ਤੂੰ ਸਾਹਿਬ ਹੋ ਸਵਾਂਗੀ ਤੇਰਾ, ਪ੍ਰਣਵੇ ਨਾਨਕ ਜਾਤ ਕੈਸੀ। ਤੇਰੇ ਦਰ ਤੇ ਕੋਈ ਜਾਤ ਨਹੀਂ ਪੁੱਛੀ ਜਾਂਦੀ, ਕਿਸੇ ਨੇ ਕੋਈ ਭੇਖ ਧਾਰਨ ਕੀਤਾ, ਕਿਸੇ ਨੇ ਕੋਈ ਭੇਖ ਧਾਰਨ, ਕਿਤਨੇ ਸਵਾਂਗ ਧਾਰਨ ਕੀਤੇ ਨੇ ਹੇ ਪ੍ਰਭੂ ਤੇਰੇ ਲਈ। ਦਰਦੀ ਦਾਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਦਾ ਦਰਦ ਬਣਾਉਂਦੇ, ਸਾਰਿਆਂ ਦੇ ਪੱਖ ਵਿੱਚ ਖੜੇ ਹੁੰਦੇ। ਭਜਨ ਦੀ ਪਿਆਸ ਨੇ, ਭਜਨ ਦੀ ਭੁੱਖ ਨੇ, ਕਿਸੇ ਨੂੰ ਜੋਗੀ ਬਣਾਇਆ, ਸੰਨਿਆਸੀ ਬਣਾਇਆ, ਬੈਰਾਗੀ ਬਣਾਇਆ, ਸੰਤ ਬਣਾਇਆ, ਮਹੰਤ ਬਣਾਇਆ, ਰਿਸ਼ੀ ਬਣਾਇਆ, ਮੁਨੀ ਬਣਾਇਆ, ਗੁਣੀ ਬਣਾਇਆ, ਗਿਆਨੀ ਬਣਾਇਆ। ਜੈਸੇ ਭੋਜਨ ਦੀ ਭੁੱਖ ਨੇ ਕਿਸੇ ਨੂੰ ਇੰਜੀਨੀਅਰ ਬਣਾਇਆ, ਦੋ ਰੋਟੀਆਂ ਹੀ ਪਿੱਛੇ ਕੰਪਨੀਆਂ ਕਰਦੀਆਂ। ਭੋਜਨ ਦੀ ਭੁੱਖ ਨੇ ਕਿਸੇ ਨੂੰ ਡਾਕਟਰ ਬਣਾਇਆ, ਦੋ ਰੋਟੀਆਂ ਹੀ ਪਿੱਛੇ ਕੰਪਨੀ ਕਰਦੀਆਂ। ਇਹ ਦੋ ਰੋਟੀਆਂ ਦਾ ਮਸਲਾ ਨਾ ਹੁੰਦਾ ਤੇ ਕਿਸੇ ਨੇ ਡਾਕਟਰ ਨਹੀਂ ਬਣਨਾ ਸੀ, ਕਿਸੇ ਨੇ ਇੰਜੀਨੀਅਰ ਨਹੀਂ ਬਣਨਾ ਸੀ। ਇਹ ਵੀ ਮੈਂ ਅਰਜ਼ ਕਰ, ਸਾਰਾ ਮਨੁੱਖਤਾ ਦਾ ਵਿਕਾਸ ਰੁਕ ਜਾਣਾ ਸੀ। ਗਿਆਨ